ਮੈਂ ਹਾਂ ਚੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਅਮਰਤ ਪ੍ਰਸਾਰ ਚੈਨਲ ਆਪ ਸਭ ਜੀ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਬੜੇ ਅਹਿਮ ਮੁੱਦੇ ਤੇ ਗੱਲ ਕਰ ਰਹੇ ਹਾਂ ਜਿਹਦੇ ਵਿੱਚ ਇੱਕ ਪੰਜਾਬ ਸਰਕਾਰ ਦੇ ਮੰਤਰੀ ਯਾਨੀ ਕਿ ਸਿਹਤ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਉਹਨਾਂ ਵੱਲੋਂ ਇੱਕ ਬੜੀ ਸ੍ਰਿਸ਼ਟਾਚਾਰਹੀਨ ਜਿਹੜੀ ਵਰਤਾਰਾ ਕੀਤਾ ਇੱਕ ਵਾਈਸ ਚਾਂਸਲਰ ਨਾਲ ਯਾਨੀ ਕਿ ਫਰੀਦਕੋਟ ਯੂਨੀਵਰਸਿਟੀ ਜੋ ਕਿ ਦੇ ਵਾਈਸ ਚਾਂਸਲਰ ਰਾਜਬਹਾਦਰ ਜੀ ਜੋ ਕਿ ਦੁਨੀਆ ਭਰ ਦੇ ਪ੍ਰਸਿੱਧ ਰੀਡ ਦੀ ਹੱਡੀ ਦੇ ਮਾਇਰ ਹਨ ਅਤੇ ਉਹਨਾਂ ਨਾਲ ਉਹਨਾਂ ਨੇ ਇੱਕ ਸਿਸ਼ਟਾਚਾਰਹੀਨ ਜੋ ਵਿਵਾਰ ਦਿਖਾਇਆ ਉਹ ਵੀ ਉਹਨਾਂ ਦੀ ਫਰੀਦਕੋਟ ਯੂਨੀਵਰਸਿਟੀ ਦੇ ਇੱਕ ਹਸਪਤਾਲ ਵਿੱਚ ਉਹਦੇ ਤੋਂ ਉਹਨਾਂ ਨੇ ਨਾਰਾਜ਼ਗੀ ਮਹਿਸੂਸ ਕੀਤੀ ਅਤੇ ਉਹਨਾਂ ਨੇ ਰਿਜ਼ਾਈਨ ਲਿਖ ਕੇ ਤੇ ਪੰਜਾਬ ਦੇ ਗਵਰਨਰ ਜੋ ਕਿ ਉਸ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਹਨ ਨੂੰ ਭੇਜ ਦਿੱਤਾ ਉਹਨਾਂ ਦੇ ਨਾਲ ਰਿਐਕਸ਼ਨ ਵਜੋਂ ਪ੍ਰਤੀਕਿਰਿਆ ਵਜੋਂ ਦੋ ਹੋਰ ਡਾਕਟਰਾਂ ਨੇ ਵੀ ਆਪਣੇ ਰੈਜ਼ੀਗਨੇਸ਼ਨ ਪੰਜਾਬ ਸਰਕਾਰ ਨੂੰ ਭੇਜ ਦਿੱਤੇ ਇਸ ਮਸਲੇ ਦਾ ਕੇਂਦਰ ਬਿੰਦੂ ਕੀ ਹੈ ਮੰਤਰੀ ਸਾਹਿਬ 프리ਦਕੋਟ ਹਸਪਤਾਲ ਵਿੱਚ ਜੋ ਕਿ ਯੂਨੀਵਰਸਿਟੀ ਨਾਲ ਸੰਬੰਧਿਤ ਹੈ ਆਪਣੇ ਦੌਰੇ ਤੇ ਗਏ ਔਰ ਉਹ ਉਦੀ ਹਸਪਤਾਲ ਦੀ ਇਨਸਪੈਕਸ਼ਨ ਕਰ ਰਹੇ ਸਨ ਤੇ ਉਹਨਾਂ ਦੇ ਨਾਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਪ੍ਰੋਫੈਸਰ ਰਾਜਬਹਾਦਰ ਜੀ ਜੋ ਆਰਥੋਪੀਡਿਕ ਸਰਜਰੀ ਦੇ ਮਾਇਰ ਹਨ ਵੀ ਨਾਲ ਸਨ ਉਹ ਇੱਕ ਕਵਾਡ ਵਿੱਚ ਗਏ ਜਿੱਥੇ ਬਿਸਤਰੇ ਬੜੇ ਗੰਦੇ ਸੀ ਤਾਂ ਉੱਥੇ ਉਸ ਮੰਤਰੀ ਨੇ ਉਹਨਾਂ ਨਾਲ ਕੋਈ ਸਸ਼ਟਾਚਾਰਕ ਜੋ ਵਿਵਾਰ ਸੀ ਉਹਦੀ ਇੱਕ ਅਜੇਹੀ ਮਿਸਾਲ ਪੇਸ਼ ਕੀਤੀ ਕਿ ਜਿਹੜੇ ਕਿ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਪੰਜਾਬ ਦੇ ਕਈ ਮੰਤਰੀ ਜਿਹੜੇ ਉਹਨਾਂ ਵਿੱਚ ਸੱਭਿਅਕ ਹੋਣ ਦੀ ਬੜੀ ਕਮੀ ਹੈ ਤੇ ਉਹਨਾਂ ਦੀ ਟ੍ਰੇਨਿੰਗ ਦੀ ਬੜੀ ਲੋੜ ਉਸ ਮੰਤਰੀ ਜੀ ਨੇ ਸੇਤ ਮੰਤਰੀ ਜੀ ਨੇ ਵਾਈਸ ਚਾਂਸਲਰ ਸਾਹਿਬ ਨੂੰ ਇਹ ਕਹਿ ਦਿੱਤਾ ਕਿ ਬਿਸਤਰਾ ਇਤਨਾ ਗੰਦਾ ਹੈ ਇਹ ਤੁਸੀਂ ਇਹਦਾ ਕਿਉਂ ਨਹੀਂ ਖਿਆਲ ਰੱਖਦੇ ਅਤੇ ਉਹਨਾਂ ਨੂੰ ਇਹ ਆਦੇਸ਼ ਦੇ ਦਿੱਤੇ ਐ ਜੇ ਮੰਤਰੀ ਕਿ ਇਹਦੇ ਤੇ ਇੰਨੇ ਗੰਦੇ ਬਿਸਤਰੇ ਤੇ ਤੁਸੀਂ ਲੇਟ ਸਕਦੇ ਹੋ ਤੁਸੀਂ ਲੇਟ ਕੇ ਵਿਖਾਓ ਸੋ ਡਾਕਟਰ ਸਾਹਿਬ ਨੇ ਇੱਕ ਮਿੰਟ ਨਹੀਂ ਲਾਇਆ ਉਹਨਾਂ ਨੇ ਕਿਹਾ ਜਿਸ ਮੰਜੇ ਤੇ ਮੇਰੇ ਮਰੀਜ਼ ਲੇਟਦੇ ਆ ਉਸ ਤੇ ਮੈਨੂੰ ਲੇਟਣ ਵਿੱਚ ਕੋਈ ਇਤਰਾਜ਼ ਨਹੀਂ ਤੇ ਡਾਕਟਰ ਸਾਹਿਬ ਨੇ ਮੰਤਰੀ ਦਾ ਮਾਣ ਕਰਦੇ ਹੋਇਆ ਉਹਦੇ ਸਾਹਮਣੇ ਉਸ ਗੰਦੇ ਬਿਸਤਰੇ ਤੇ ਉਹ ਲੇਟ ਗਏ ਪਰ ਇਸ ਨੂੰ ਉਹਨਾਂ ਨੇ ਮਹਿਸੂਸਿਆ ਕਿ ਵੀ ਮੰਤਰੀ ਨੇ ਉਹਨਾਂ ਨਾਲ ਠੀਕ ਵਿਵਾਰ ਨਹੀਂ ਕੀਤਾ ਕਿਉਂਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਜਿਵੇਂ ਵਾਰੀ ਨਹੀਂ ਹੁੰਦੀ ਕੇ ਵਾਰਡਾਂ ਦੇ ਜਿਹੜੇ ਬਿਸਤਰੇ ਐ ਵਾਰਡਾਂ ਵਿੱਚ ਜਿਹੜਾ ਉਹ ਕੀ ਹੁੰਦਾ ਉਹਦੀ ਉਹਦੀ ਰੇਖਪਾਲ ਕਰਨੀ ਉਹ ਹਰ ਹਸਪੀਟਲ ਵਿੱਚ ਐਡਮਿਨਿਸਟ੍ਰੇਟਿਵ ਅਫੀਸਰ ਹੁੰਦਾ ਔਰ ਇੱਕ ਡੀਨ ਹੁੰਦਾ ਔਰ ਇੱਕ ਹਸਪੀਟਲ ਦਾ ਡਾਇਰੈਕਟਰ ਹੁੰਦਾ ਇਹ ਜਿਮਵਾਰੀ ਉਹਨਾਂ ਦੀ ਹੁੰਦੀ ਹੈ ਪਰ ਡਾਕਟਰ ਰਾਜਬਹਾਦਰ ਜੀ ਮੰਤਰੀ ਸਾਹਿਬ ਨਾਲ ਇਸ ਕਰਕੇ ਚਲੇ ਗਏ ਕਿਉਂਕਿ ਉਹ ਪੰਜਾਬ ਦੇ ਸਿਹਤ ਮੰਤਰੀ ਐ ਇਨਸਪੈਕਸ਼ਨ ਤੇ ਆਇਆ ਉਹਨਾਂ ਦੇ ਆਦਰ ਮਾਨ ਵਿੱਚ ਉਹਨਾਂ ਨੇ ਆਪਣਾ ਹਸਪਤਾਲ ਦੀ ਇਨਸਪੈਕਸ਼ਨ ਵਿੱਚ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਸਵਾਲ ਹੁਣ ਇਹ ਬਣ ਗਿਆ ਕਿ ਰਾਜਬਹਾਦਰ ਜੀ ਹੈ ਕੀ ਉਹਨਾਂ ਬਾਰੇ ਬਹੁਤ ਸਾਰੇ ਲੋਕ ਜਾਣਦੇ ਨੇ ਕਿ ਰਾਜਬਹਾਦਰ ਜੀ ਹੁਣ ਤੀਕਨ 12000 ਰੀਡ ਦੀ ਹੱਡੀ ਦੇ ਕਾਮਯਾਬ ਆਪਰੇਸ਼ਨ ਕਰ ਚੁੱਕੇ ਹਨ ਯਾਨੀ ਕਿ ਇਸ ਬੜਾ ਸੈਂਸਟਿਵ ਹੁੰਦਾ ਹੈ ਰੀਡ ਦੀ ਹੱਡੀ ਦਾ ਆਪਰੇਸ਼ਨ ਕਿਉਂਕਿ ਉਹਦੇ ਵਿੱਚ 8 ਨਰਵ ਸਾਡੇ ਸਰੀਰ ਦੀਆਂ ਰੀਡ ਦੀ ਹੱਡੀ ਚੋਂ ਨਿਕਲ ਕੇ ਸਾਡੀਆਂ ਲੱਤਾਂ ਬਾਹਾਂ ਤੇ ਹੋਰ ਹਿੱਸਿਆਂ ਵਿੱਚ ਜਾਂਦੀਆਂ ਤੇ ਰੀਡ ਦੀ ਹੱਡੀ ਰਹੀ ਸਾਡੇ ਸਰੀਰ ਦੇ ਕਮਿਊਨੀਕੇਸ਼ਨ ਸਿਸਟਮ ਯਾਨੀ ਕਿ ਦਿਮਾਗ ਵਿੱਚੋਂ ਜੋ ਕੋਈ ਫੈਸਲਾ ਚੱਲਦਾ ਹੈ ਗੱਲ ਚਲਦੀ ਹੈ ਉਹ ਇਨਾਂ ਰੀਡ ਦੀ ਹੱਡੀ ਦੇ ਵਿੱਚੋਂ ਦੀ ਲੰਘ ਕੇ ਸਾਡੇ ਸਰੀਰ ਦੇ ਅੰਗ ਕੰਮ ਕਰਦੇ ਆ ਉਹ ਇੰਨੀਆਂ ਬਰੀਕ ਨਰਵਜ਼ ਹੁੰਦੀਆਂ ਹਨ ਕਿ ਉਹਨਾਂ ਦਾ ਆਪਰੇਸ਼ਨ ਕਰਕੇ ਉਹਨਾਂ ਨੂੰ ਸੈੱਟ ਕਰਨਾ ਇੱਕ ਬਹੁਤ ਹੀ ਵੱਡੀ ਇੱਕ ਕ੍ਰੀਏਟਿਵ ਡਾਕਟਰ ਦੀ ਕਲਾਕਾਰੀ ਹੈ ਔਰ ਕਈ ਲੋਕਾਂ ਦੇ ਐਕਸੀਡੈਂਟਾਂ ਚ ਸਰੀਰ ਦੇ ਹੇਠਲੇ ਹਿੱਸੇ ਜਿਹੜੇ ਉਹ ਨੰਮ ਹੋ ਜਾਂਦੇ ਨੇ ਸੁੰਨ ਹੋ ਜਾਂਦੇ ਨੇ ਤੇ ਉਹਨਾਂ ਨੂੰ ਹਿਲਾਜ ਲਾ ਨਹੀਂ ਸਕਦੇ ਪਰ ਡਾਕਟਰ ਸਾਹਿਬ ਆਪਣੀ ਸ਼ਿਲਪ ਰਾਈ ਉਹਨਾਂ ਵਿੱਚ ਜਿਹੜੇ ਪਰਮਾਤਮਾ ਨੇ ਉਹਨਾਂ ਦੇ ਹੱਥਾਂ ਵਿੱਚ ਕਲਾ ਪਾਈ ਹੈ ਉਸ ਰਾਈ ਉਹ ਐਸੇ ਆਪਰੇਸ਼ਨ ਕਰਦੇ ਹਨ ਕਿ ਕਈ ਬੰਦਿਆਂ ਨੂੰ ਜਿਹੜੇ ਇਹ ਉਮੀਦ ਕੀਤੀ ਜਾਂਦੀ ਸੀ ਕਦੀ ਤੁਰ ਨਹੀਂ ਸਕਣਗੇ ਉਹਨਾਂ ਨੂੰ ਉਹਨਾਂ ਨੇ ਤੁਰਨ ਲਾ ਦਿੱਤਾ ਇਹ ਡਾਕਟਰ ਸਾਹਿਬ ਦੀ ਜਿਹੜੀ ਵੇਟਿੰਗ ਹੈ ਉਹ ओपीडी ਵਿੱਚ 3 ਮਹੀਨੇ ਦੀ ਪੈਂਡਿੰਗ ਹੁੰਦੀ ਹੈ ਜਾਨੀ ਕਿ ਆਨਲਾਈਨ ਇੰਨੇ ਜ਼ਿਆਦਾ ਪੇਸ਼ੈਂਟ ਆਪਣੀ ਰਜਿਸਟ੍ਰੇਸ਼ਨ ਕਰਾਉਂਦੇ ਹਨ ਕਿ ਉਹਨਾਂ ਨੇ ਡਾਕਟਰ ਸਾਹਿਬ ਨੂੰ OPD ਵਿੱਚ ਦਿਖਾਣਾ ਹੈ ਔਰ OPD ਵਿੱਚ ਸਿਰਫ 10 ਤੋਂ 20 ਰੁਪਏ ਤੱਕ ਦੀ ਫੀਸ ਹੈ ਜਿੱਦੇ ਰਹੀਂ ਤੁਹਾਡੀ ਰਜਿਸਟ੍ਰੇਸ਼ਨ ਹੋ ਜਾਂਦੀ ਹੈ ਹੁਣ ਸਵਾਲ ਇੱਥੇ ਵੱਧ ਗਿਆ ਕਿ ਜਦੋਂ ਉਹਨਾਂ ਨੇ ਰੈਜ਼ੀਗਨੇਸ਼ਨ ਭੇਜ ਦਿੱਤੇ ਤੇ ਪੰਜਾਬ ਸਰਕਾਰ ਜੜਾਂ ਤੋਂ ਹਿਲ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇੱਕ ਮਿੰਟ ਨਹੀਂ ਲਾਇਆ ਉਹ ਇਹ ਸਮਝ ਗਏ ਸੀ ਕਿ ਉਹਨਾਂ ਦੇ ਮੰਤਰੀ ਨੇ ਇੱਕ ਬੜੀ ਸ੍ਰਿਸ਼ਟਾਚਾਰ ਤੋਂ ਗਿਰ ਕੇ ਇੱਕ ਘਟਿਆ ਬਿਹੇਵੀਅਰ ਕੀਤਾ ਹੈ ਇੱਕ ਘਟਿਆ ਗੱਲ ਕੀਤੀ ਹੈ ਜਿਸ ਲਈ ਉਹਨਾਂ ਦੀ ਮਾਫੀ ਮੰਗਣੀ ਬੜੀ ਜ਼ਰੂਰੀ ਹੈ ਤਾ ਜੋ ਇਨੇ ਵੱਡੇ ਡਾਕਟਰ ਦਾ ਜੋ ਸਾਰੀ ਦੁਨੀਆ ਚ ਮਸ਼ਹੂਰ ਹੈ ਔਰ ਦੇਸ਼ ਦੇ ਉੱਪਰਲੇ ਪੰਜ ਡਾਕਟਰਾਂ ਵਿੱਚ ਆਂਦੇ ਹਨ ਤੋਂ ਮਾਫੀ ਮੰਗੀ ਟੈਲੀਫੋਨ ਕਰਕੇ ਔਰ ਇਹ ਮਾਫੀ ਵਾਲੀ ਗੱਲ ਡਾਕਟਰ ਰਾਜਬਹਦਰ ਜੀ ਨੇ ਆਪ ਹੀ ਦੱਸੀ ਹੈ ਕਿ ਮੈਨੂੰ ਚੀਫ ਮਿਨਿਸਟਰ ਦਾ ਟੈਲੀਫੋਨ ਆਇਆ ਸੀ ਤੇ ਉਹਨਾਂ ਨੇ ਮੰਤਰੀ ਵੱਲੋਂ ਕੀਤੀ ਗਈ ਪ੍ਰੋਟੋਕੋਲ ਦੇ ਅਗੇਂਸਟ ਗੱਲ ਦੀ ਮਾਫੀ ਮੰਗੀ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣਾ ਰਜਾਇਨ ਵਾਪਸ ਲੈ ਲਓ ਪਰ ਹਲੇ ਤੱਕ ਉਹਨਾਂ ਨੇ ਆਪਣਾ ਰਜਾਇਨ ਵਾਪਸ ਨਹੀਂ ਲਿਆ ਇੱਥੇ ਇਹ ਵੀ ਦੱਸਣਾ ਬੜਾ ਜ਼ਰੂਰੀ ਹੈ ਕਿ ਇਹ ਜਿਹੜੇ 91 MLA ਆਮ ਆਦਮੀ ਪਾਰਟੀ ਦੇ ਜਿੱਤ ਗਏ ਆ ਹਨ ਉਹਨਾਂ ਚੋਂ ਬਹੁਤ ਸਾਰੇ ਹਲੇ ਸਿਆਸੀ ਜੀਵਨ ਦੀ ਮੁੱਢਲੀ ਕਲਾਸਾਂ ਵਿੱਚ ਹੀ ਸਨ ਪਰ ਕਿਸਮਤ ਨੇ ਉਹਨਾਂ ਦੀ ਅਜਹੀ ਜ਼ਿੰਦਗੀ ਬਣਾਈ ਕਿ ਉਹ ਪਹਿਲੀ ਇਲੈਕਸ਼ਨ ਵਿੱਚ ਬਿਨਾਂ ਕੋਈ ਬਹੁਤੀ ਮਿਹਨਤ ਕੀਤਿਆਂ ਬਿਨਾਂ ਇਲਾਕੇ ਵਿੱਚ ਬਹੁਤੀ ਜਾਣ ਪਛਾਣ ਰੱਖਦਿਆਂ ਹੋਇਆਂ ਵੀ ਉਹ ਐਮਐਲਏ ਬਣ ਗਏ ਉਸ ਦਾ ਕਾਰਨ ਵੀ ਇਹ ਕਿਹਾ ਜਾ ਸਕਦਾ ਹੈ ਕਿ ਲੋਕ ਜਿਹੜੀਆਂ ਪ੍ਰਾਣੀਆਂ ਪਾਰਟੀਆਂ ਸੀ ਜਿੰਨਾ ਪ੍ਰਤੀ ਉਹਨਾਂ ਨੂੰ ਉਹਨਾਂ ਦੇ ਮਨਾਂ ਵਿੱਚ ਕੋਈ ਥਾਂ ਨਹੀਂ ਰਹਿ ਗਈ ਸੀ ਉਹਨਾਂ ਨੂੰ ਹਰਾਉਣਾ ਚਾਹੁੰਦੇ ਸੀ ਦੋਨਾਂ ਕੋਲ ਬਦਲ ਹੋਰ ਕੋਈ ਹੈ ਨਹੀਂ ਸੀ ਇਸ ਲਈ ਇਹਨਾਂ ਨੂੰ ਐਮਐਲਏ ਜਿਹੜਾ ਵੀ ਉਹਨਾਂ ਦੇ ਸਾਹਮਣੇ ਆਇਆ ਉਹਨੂੰ ਵੋਟਾਂ ਪਾ ਕੇ ਐਮਐਲਏ ਬਣਾਤਾ ਲੇਕਿਨ ਹੁਣ ਮੁੱਖ ਮੰਤਰੀ ਸਾਹਿਬ ਕਿਦੀ ਕਿਦੀ ਮਾਫੀ ਮੰਗਦੇ ਰਹਿਣਗੇ ਇੱਕ ਇੱਕ ਐਮਐਲਏ ਜਾ ਕੇ ਡੀਐਸਵੀ ਦੀ ਕੁਰਸੀ ਤੇ ਬੈਠ ਗਿਆ ਇੱਕ ਹੋਰ ਪ੍ਰਿੰਸੀਪਲ ਦੀ ਕੁਰਸੀ ਤੇ ਬੈਠ ਗਿਆ ਸੋ ਇੱਕ ਹੋਰ ਨੇ ਜਾ ਕੇ ਐਸ ਡੀਓ ਨੂੰ ਹੀ ਝਾੜ ਦਿੱਤਾ ਐਸ ਡੀਓ ਜਿਹੜਾ ਸੀਗਾ ਉਹ ਕਿਸੇ ਹੋਰ ਵਿਭਾਗ ਦਾ ਸੀ ਜਿਹੜਾ ਉਹਨੂੰ ਮੰਤਰੀ ਕੰਮ ਕਹਿ ਰਹੀ ਸੀ ਉਹ ਕਿਸੇ ਹੋਰ ਵਿਭਾਗ ਦਾ ਸੀ ਉਹਨੂੰ ਕਹਿੰਦੀ ਤੁਹਾਡਾ ਕੋਈ ਵੀ ਵਿਭਾਗ ਹੋਵੇ ਤੇ ਤੁਸੀਂ ਕੰਮ ਕਰ ਦਿਓ ਇਹੋ ਜਿਹਾਂ ਜਿਹੜੀਆਂ ਰੋਜ਼ ਆਪ ਦੇ ਐਮ ਐਲ ਏ ਤੇ ਮਨਿਸਟਰਾਂ ਨਾਲ ਘਟਨਾਮਾ ਵਾਪਰ ਰਹੀਆਂ ਉਹਨਾਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਮੁੱਖ ਮੰਤਰੀ ਸਾਹਿਬ ਉਹਨਾਂ ਦੀ ਇੱਕ ਟ੍ਰੇਨਿੰਗ ਦਾ ਪ੍ਰੋਗਰਾਮ ਸ਼ੁਰੂ ਕਰਨ ਉਹਨਾਂ ਨੂੰ ਵੱਖ-ਵੱਖ ਖਿੱਤਿਆਂ ਦੇ ਮਾਹਿਰਾਂ ਤੋਂ ਭਾਸ਼ਣ ਕਰਾਨ ਉਹਨਾਂ ਨੂੰ ਥੋੜੀ ਬੋਤੀ ਸਿਆਸੀ ਜੀਵਨ ਜਾਚ ਖਾਨ ਸਿਆਸੀ ਜੀਵਨ ਜਾਚ ਵਿੱਚ ਸਿਸ਼ਟਾਚਾਰ ਕਿੰਨਾ ਜ਼ਰੂਰੀ ਹੈ ਪ੍ਰੋਟੋਕੋਲ ਜਿੰਨਾ ਜ਼ਰੂਰੀ ਹੈ ਔਰ ਲੋਕਾਂ ਦੀ ਕਿਵੇਂ ਤੁਸੀਂ ਵੋਟਾਂ ਲੈ ਕੇ ਬਣੇ ਹੋ ਤੁਸੀਂ ਲੋਕਾਂ ਦੀ ਕਿਵੇਂ ਇੱਜ਼ਤ ਕਰਨੀ ਹੈ ਸੋ ਇਹ ਡਾਕਟਰ ਰਾਜਬਹਾਦਰ ਦੀ ਜਿਹੜੀ ਇੱਕ ਘਟਨਾ ਹੈ ਜਿਹੜਾ ਉਹਨਾਂ ਨੇ ਰੈਜੀਵਨਸ ਦਾ ਇਸ ਨੂੰ ਮੁੱਖ ਮੰਤਰੀ ਨੂੰ ਇੱਕ ਪੋਜ਼ਿਟਿਵ ਸੈਂਸ 'ਚ ਲੈ ਕੇ ਸੋਚਣਾ ਚਾਹੀਦਾ ਹੈ ਕਿ ਵੀ ਕਿਉਂ ਨਾ ਇਹਨਾਂ ਮੰਤਰੀਆਂ ਤੇ ਇਹਨਾਂ ਐਮਐਲਏ ਨੂੰ ਸੱਭਿਆਚਾਰਕ ਤੌਰ ਤੇ ਮਜ਼ਬੂਤ ਕੀਤਾ ਜਾਏ ਇਹਨਾਂ ਨੂੰ ਜਿਹੜਾ ਇਹਨਾਂ ਦੇ ਜੀਵਨ ਵਿੱਚ ਅਚਨਚੇਤੀ ਇੱਕ ਸਿਆਸੀ ਅਹੁਦਾ ਮਿਲ ਗਿਆ ਜਿਹੜਾ ਬੜਾ ਤਾਕਤਵਰ ਹੈ ਜਿਨੇ ਕਈ ਐਮਐਲਏ ਤੇ ਮੰਤਰੀਆਂ ਦੇ ਥੋੜੇ-ਬੋਤੇ ਦਿਮਾਗ ਵੀ ਜਿਹੜੇ ਉਹ ਜਿਹਨੂੰ ਪੰਜਾਬੀ ਚ ਕਹਿ ਦਈਏ ਤੇ ਵਿਗਾੜ ਦਿੱਤਨ ਉਹਨਾਂ 'ਚ ਹੋਮੇ ਆ ਗਈ ਹੈ ਉਹਨਾਂ 'ਚ ਅਰੋਗੈਂਸ ਆ ਗਈ ਹੈ ਔਰ ਉਹ ਕਿਸੇ ਨੂੰ ਕੁਝ ਸਮਝਦੇ ਨਹੀਂ ਇਹ ਚੀਜ਼ਾਂ ਉਹਨਾਂ ਨੂੰ ਸਮਝਾਉਣੀਆਂ ਬਹੁਤ ਜ਼ਰੂਰੀ ਹੈ ਏ ਜਿੰਨੀ ਜਲਦੀ ਪੰਜਾਬ ਦੇ ਮੁੱਖ ਮੰਤਰੀ ਆਪਣੇ ਐਮ ਵਾਲਿਆ ਨੂੰ ਸ੍ਰਿਸ਼ਟਾ ਚਾਰ ਦੀ ਟ੍ਰੇਨਿੰਗ ਦਾ ਪ੍ਰੋਗਰਾਮ ਚਲਾਣਗੇ ਉਨਾਂ ਹੀ ਇਹ ਦਾ ਸਿਰਫ ਪ੍ਰਾਂਤ ਨੂੰ ਨਹੀਂ ਲਾਭ ਹੋਏਗਾ ਲੋਕਾਂ ਨੂੰ ਵੀ ਲਾਭ ਹੋਏਗਾ ਲੋਕਾਂ ਦੇ ਉਹਨਾਂ ਨੂੰ ਕੰਮ ਕਰਨੇ ਚਾਹੀਦੇ ਨੇ ਲੋਕਾਂ ਨੂੰ ਮਿਲਣਾ ਚਾਹੀਦਾ ਔਰ ਮੁੱਖ ਮੰਤਰੀ ਸਾਹਿਬ ਨੂੰ ਇਸ ਲਈ ਜਲਦੀ ਤੋਂ ਜਲਦੀ ਇਸਪਰ ਕਾਰਵਾਈ ਕਰਨੀ ਸ਼ੁਰੂ ਕਰਨੀ ਚਾਹੀਦੀ ਹੈ ਔਰ ਮੰਤਰੀ ਸਾਹਿਬ ਬੜੀ ਦੇਰ ਹੋ ਗਈ ਹੈ 4 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਹਲੇ ਤੱਕ ਉਹ ਪੱਤਰਕਾਰਾਂ ਨੂੰ ਚੰਡੀਗੜ੍ਹ ਦੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ ਉਹਨਾਂ ਦਾ ਜਿਹੜਾ ਮੀਡੀਆ ਸਿਸਟਮ ਹੈ ਉਹ ਵੀ ਹਲੇ ਉਹਨਾਂ ਦਾ ਇੰਨਾ ਮਜ਼ਬੂਤ ਨਹੀਂ ਕਿ ਉਹ ਪੱਤਰਕਾਰਾਂ ਤੱਕ ਉਹਨਾਂ ਦੇ ਕੰਮ ਕਾਜ ਦੀਆਂ ਜਿਹੜੀਆਂ ਇਨਫਾਰਮੇਸ਼ਨ ਉਹਨਾਂ ਬਾਰੇ ਪਹੁੰਚਣ ਤਾਂ ਜੋ ਉਹਨਾਂ ਦੀ ਚੰਗੀ ਤਰ੍ਹਾਂ ਅਖਬਾਰਾਂ ਤੇ ਸੋਸ਼ਲ ਮੀਡੀਆ ਵਿੱਚ ਪ੍ਰਚਾਰ ਹੋ ਸਕੇ ਸੋ ਇਹ ਕਹਿੰਦਾ ਹੋਇਆ ਮੈਂ ਅੱਜ ਦੀ ਚਰਚਾ ਨੂੰ ਇੱਥੇ ਹੀ ਖਤਮ ਕਰਦਾ ਧੰਨਵਾਦ